ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਪੰਜਾਬ ਟੁਡੇ ਦੇ ਵਿੱਚ ਸਤਿ ਸ਼੍ਰੀ ਅਕਾਲ ਪੂਜਾ ਜੀ ਸ਼ੁਕਰੀਆ ਤੁਸੀਂ ਆਏ ਧੰਨਵਾਦ ਤੁਹਾਡਾ ਜੈਪਾਲ ਦੀ ਗੱਲ ਕਰੀਏ ਉਹ ਕਦੇ ਗੈਂਗਸਟਰ ਬਚਪਨ ਤੋਂ ਨਹੀਂ ਸੀਗਾ ਇੱਕ ਸਪੋਰਟਸਮੈਨ ਸੀਗਾ ਲੇਕਿਨ ਜੁਰਮ ਦੀ ਦੁਨੀਆ ਦੇ ਵਿੱਚ ਆਣਾ ਕਿਵੇਂ ਉਸ ਦੁਨੀਆ ਦੇ ਵਿੱਚ ਆਇਆ ਜਦੋਂ ਤੋਂ ਦੁਨੀਆ ਸਮਾਜ ਬਣੀ ਆ ਉਦੋਂ ਤੋਂ ਕ੍ਰਾਈਮ ਵੀ ਨਾਲ ਹੀ ਆਇਆ ਜਦੋਂ ਵੀ ਕੋਈ ਪੋਲੀਟੀਕਲ ਬੰਦਾ ਜਾਂ ਪੁਲਿਸ ਅਫਸਰ ਜਿਹੜਾ ਕੋਈ ਸ਼ਬਦ ਦੇ ਦਿੰਦਾ ਫਿਰ ਮੀਡੀਆ ਨੇ ਉਹ ਵਰਤਣਾ ਹੀ ਹੁੰਦਾ ਅਤੇ ਉਹ ਵਰਤਦੇ ਹੀ ਆ ਦੇਖਿਆ ਵੀ ਡੀ ਜੀ ਪੀ ਅਰੋੜਾ ਸਾਹਿਬ ਨੇ ਪਹਿਲੀ ਵਾਰ ਗੈਂਗਸਟਰ ਸ਼ਬਦ ਦੀ ਵਰਤੋਂ ਕੀਤੀ ਰੋਕੀ ਸੀਗਾ ਫਾਜ਼ਿਲਕਾ ਦਾ ਹਾਂ ਉਹਨੇ ਇਲੈਕਸ਼ਨ ਵੀ ਲੜੀ ਸੀ ਪੋਲੀਟੀਕਲ 'ਚ ਆ ਗਿਆ ਸੀ ਉਹਦੇ ਮਰਡਰ ਤੋਂ ਬਾਅਦ ਤੁਸੀਂ ਰਿਕਾਰਡ ਕਢਾ ਲਓ ਪਹਿਲੀ ਵਾਰ ਅਤੇ ਉਹਨਾਂ ਨੇ ਕਿਹਾ ਵੀ ਜੈਪਾਲ ਭੁੱਲਰ ਨੇ ਜਾਂ ਉਹਦੇ ਗਰੁੱਪ ਨੇ ਇਹਦਾ ਮਰਡਰ ਕੀਤਾ ਉਹ ਸ਼ਬਦ ਕਿਉਂ ਗੈਂਗਸਟਰ ਦਾ ਆਇਆ ਪਹਿਲੀ ਵਾਰ ਜੇ ਉਸ ਟਾਈਮ ਅਕਾਲੀ ਸਰਕਾਰ ਸੀ ਪਰ ਗੈਂਗਸਟਰ ਦਾ ਕੋਈ ਨਹੀਂ ਸੀ ਬਾਅਦ 'ਚੋਂ ਛੱਡ ਛਡਾ ਕੇ ਇਲੈਕਸ਼ਨ 'ਚ ਖੜਾ ਵੀ ਹੋਇਆ ਥੋੜ੍ਹੀਆਂ ਜਿਹੀਆਂ ਵੋਟਾਂ 'ਤੇ ਹਾਰ ਗਿਆ ਅਤੇ ਉਹਦੇ ਤੋਂ ਬਾਅਦ ਇਹ ਗੈਂਗਸਟਰ ਸ਼ਬਦ ਉੱਦ ਨਹੀਂ ਆਇਆ ਪਾਸਪੋਰਟ ਬਣਾ ਕੇ ਮੈਂ ਕਿਹਾ ਮੈਂ ਜੈਪਾਲ ਤੇਰਾ ਪਾਸਪੋਰਟ ਬਣ ਗਿਆ ਅਤੇ ਖਾਲੀ ਕਿਹੜੀ ਤਰੀਕ ਸੀਗੀ ਅਤੇ ਉਸ ਤਰੀਕ ਨੂੰ ਉਹ ਕਹਿੰਦਾ ਵੀ ਤੇਰੀ ਟਿਕਟ ਟੁੱਟ ਉਹਨੇ ਸਾਰੀ ਕਰਵਾਈ ਸੀ ਬੰਦੇ ਨੇ ਅਤੇ ਤੂੰ ਬਾਹਰ ਜਾ ਰਿਹਾ ਪਰ ਨਾਲ ਹੀ ਮੈਂ ਕਹਿਤਾ ਮੈਂ ਕਿਹਾ ਵੀ ਜੇ ਤੂੰ ਦੇਸ ਰਾਜ ਨੂੰ ਜਾਂ ਉਹਦੇ ਮੁੰਡੇ ਹੈ ਪੀ ਜੋੜੇ ਨੂੰ ਕਿਹਾ ਅਤੇ ਤੂੰ ਨਿਊਜ਼ੀਲੈਂਡ ਨਹੀਂ ਜਾਏਗਾ ਤੂੰ ਜੇਲ੍ਹ 'ਚ ਜਾਏਗਾ ਨਹੀਂ ਡੈਡੀ ਮੈਂ ਉਹਨਾਂ ਨਾ ਦੱਸੀ ਨਾ ਹੈਪੀ ਨੂੰ ਦੱਸੀ ਅਤੇ ਨਾ ਦੇਸ ਰਾਜ ਨੂੰ ਦੱਸੀ ਜੇ ਤੂੰ ਦੱਸਤਾ ਉਹਨਾਂ ਤੈਨੂੰ ਕਿਸੇ ਨਾ ਕਿਸੇ ਕੇਸ 'ਚ ਫਸਾ ਦੇਣਾ ਹਾਂ ਭਾਵੇਂ ਕਿੱਥੇ ਰਹਿਣਾ ਉਹਨੇ ਬਿਲਕੁਲ ਬੱਚਾ ਸੀ ਨੂੰ ਸਰ ਬਹੁਤ ਸ਼ਰੀਫ ਕਿ ਸਾਡੇ ਮਹੱਲੇ ਤੋਂ ਵੀ ਪੁੱਛ ਲਓ ਮੈਂ ਤਾਂ ਪਿਓ ਹਾਂ ਕੁਝ ਮੈਨੂੰ ਜ਼ਿਆਦਾ ਵੀ ਲੱਗਦਾ ਹੋ ਸਕਦਾ ਤੁਸੀਂ ਜ਼ਰੂਰ ਕਦੋਂ ਪੁੱਛੇ ਵੀ ਜੈਪਾਲ ਕਿਹੋ ਜਿਹਾ ਜੀ ਉਹਦੇ ਕੋਈ ਬਜ਼ੁਰਗ ਵੀ ਹਲੇ ਉਹਦੇ ਗੋਡੀਆਂ ਥਲਾਉਂਦਾ ਸੀ ਕਿਤੇ ਮਿਲ ਜੇ ਈਵਨ ਦੈਟ ਪੈਸੇ ਜੀ ਕੁਝ ਛੁੱਟਾ ਹੁੰਦਾ ਵੀ ਕੱਢ ਕੇ ਬਾਪੂ ਜੀ ਤੁਸੀਂ ਤੁਹਾਨੂੰ ਦਿਸਦਾ ਨਹੀਂ ਤੁਹਾਨੂੰ ਦਵਾਈ ਦੀ ਲੋੜ ਆ ਆ ਪੈਸੇ ਲੈ ਲਓ ਤੁਸੀਂ ਖੂਨ ਦੀ ਫੜੀ ਆ ਤੁਹਾਡੇ ਦਰਦ ਹੁੰਦੀ ਆ ਜੇ ਉਹ ਮੈਂ ਤੁਹਾਨੂੰ ਦਵਾਈ ਲਿਆ ਦਿਆਂ ਇਸ ਟਾਈਪ ਦਾ ਸੀ ਹੈਪੀ ਜੀ ਨੂੰ ਉਹਦੇ ਪਿਓ ਨੇ ਮੁਕਤਸਰ ਇਹਨਾਂ ਦਾ ਰਿਸ਼ਤੇਦਾਰ ਸੀ ਡਾਕਟਰ ਉੱਥੇ ਦਾਖਲ ਕਰਾ ਦਿੱਤਾ ਬੈਕਡੇਟ 'ਚ ਬੈਕਡੇਟ 'ਚ ਹੋਸਪਿਟਲ ਹਰਨੀਆਂ ਦੇ ਦਾਖਲ ਕਰਾ ਦਿੱਤਾ ਉਹ ਪਹਿਲਾਂ ਹੀ ਉਹਨੇ ਡੇਟ ਡੂਟ ਫਿਕਸ ਕੀਤੀ ਸੀ ਕੋਈ ਇਹੋ ਜਿਹੀ ਚਾਲ ਬਣਾਈ ਦੇਸ ਰਾਜ ਨੇ ਅਤੇ ਉਹ ਸਵੇਰੇ ਤੜਕੇ ਪੁਲਿਸ ਨੂੰ ਕੋਈ ਲੱਗਾ ਅਤੇ ਤੜਕੇ ਇੱਥੇ ਪੁਲਿਸ ਆ ਗਈ ਹਾਂ 4 ਵਜੇ ਬੈੱਲ ਵੱਜੀ ਅਸੀਂ ਇੱਥੇ ਬਾਹਰ ਹੀ ਪਏ ਬਰਾਂਡੇ ਮੈਂ ਜਾ ਕੇ ਬੂਆ ਕਰ ਲਿਆ ਕੌਣ ਆ ਤਾਂ ਪੁਲਿਸ ਵਾਲੇ ਦੱਸੋ ਇਹ ਜੈਪਾਲ ਕਿੱਥੇ ਮੈਂ ਜੈਪਾਲ ਤਾਂ ਨਹੀਂ ਘਰ ਕਿੱਥੇ ਆ ਮੈਂ ਤਾਂ ਨਹੀਂ ਹਾਂ ਅਤੇ ਆਪਣੀ ਮਾਂ ਨੂੰ ਇਹ ਕਹਿ ਗਿਆ ਮੈਂ ਲੁਧਿਆਣੇ ਚੱਲਿਆ ਉਹ ਜੇ ਅਜੇ ਆਇਆ ਨਹੀਂ ਰਾਤ ਮੈਂ ਉਸ ਪਿੱਛੇ ਆ ਗਿਆ ਉਹ ਮੈਨੂੰ ਜਾਣਦੇ ਸੀ ਵਿੱਚੋਂ ਇੱਕ ਦੋ ਦੀ ਉਹਨਾਂ ਦਾ ਵੀ ਗਲਤ ਆ ਅਤੇ ਉਹਨਾਂ ਬੱਚਾ ਕਿਡਨੈਪ ਕੀਤਾ ਅੱਛਾ ਇਹ ਤੁਹਾਡੀ ਸੋਰੀ ਕਿੱਥੇ ਮੈਂ ਤਰਨ ਤਾਰਨ ਇਹ ਵੀ ਸ਼ੱਕ ਆ ਵੀ ਉੱਥੇ ਨਾ ਬੱਚਾ ਹੋਵੇ ਉੱਥੇ ਤਾਂ ਰਹਿੰਦਾ ਹੀ ਕੁਛ ਨਹੀਂ ਨੌਕਰ ਆ ਉਹਨਾਂ ਦੇ ਅੰਦਰ ਅਤੇ ਵੱਡੀ ਹਵੇਲੀ ਆ ਅਤੇ ਅੰਦਰ ਉਹਨਾਂ ਦੇ 2 ਬੋਰ ਨੇ ਅਤੇ ਖੂਹੀਆਂ ਪੱਟੀਆਂ ਨੇ ਬੋਰਾਂ ਦੀਆਂ ਅਤੇ ਮੈਂ ਭੇਜਿਆ ਪੱਲੇ ਦਾ ਕਿੱਡਾ ਨਹੀਂ ਕੋਈ ਕ੍ਰਿਮੀਨਲ ਕੋਈ ਰਲਿਆ ਹੋਊ ਜੇ ਨਹੀਂ ਕੀਤਾ ਅਤੇ ਉਹ ਬੱਚਾ ਹੀ ਨਾ ਖੂਹੀ ਸੁੱਟ ਦੇਣ ਪੁਲਿਸ ਪਲਸ ਨੂੰ ਵੇਖ ਕੇ ਮੇਰੇ ਦਿਮਾਗ 'ਚ ਫੱਟ ਆਈ ਗੱਲ ਮੈਨੂੰ ਆਉਂਦੇ ਉਹ ਆਉਂਦੇ ਵੀ ਚਲੋ ਨਾਲ ਨਾ ਮੈਨੂੰ ਕੱਪੜੇ ਮੈਂ ਕੱਪੜੇ ਕੀ ਪਾਉਣੇ ਉਸ ਤਰ੍ਹਾਂ ਹੀ ਮੈਂ ਉਹਨਾਂ ਨਾਲ ਚੜ ਗਿਆ ਤਰਨ ਤਾਰਨ ਕੱਪੜੇ ਵੀ ਨਹੀਂ ਪਾਏ ਉਹਨਾਂ ਨੂੰ ਮੈਂ ਕਿਹਾ ਵੀ ਕੋਈ ਨਹੀਂ ਕੰਮ ਮੈਂ ਤਾਂ ਮੈਂ ਦਵਾ ਦਾ ਬਹਿ ਗਿਆ ਤਾਂ ਸ਼ੋਰਟਕੱਟ ਮੈਂ ਇੱਧਰ ਦੀ ਗੱਡੀ ਕੱਢੋ ਭਜਾਈ ਭਜੋਈ ਉੱਥੇ ਕੋਈ ਪੁਲਿਸ ਪਾਰਟੀ ਜਿਹੜੀ ਸੀ ਰਸਤੇ ਰੁਸਤੇ 'ਚ ਉਹਨਾਂ ਨਾਲ ਮੇਰੀ ਗੱਲ ਮੈਂ ਦੱਸੀ ਗਿਆ ਮੈਂ ਉਹਨਾਂ ਦਾ ਰੈਜੀਡੈਂਸ ਦੱਸਤਾ ਵੀ ਇੱਥੇ ਗਿਆ ਉਦੋਂ ਅਸੀਂ ਪਹੁੰਚ ਗਏ ਅਤੇ ਉੱਧਰੋਂ ਅੱਗੇ ਉਹਨਾਂ ਪੁੱਛਣਾ ਸੀ ਮੈਂ ਉਹਨੂੰ ਸਾਰੇ ਰਾਹ ਨੂੰ ਦੱਸਤੇ ਜੇ ਉਹ ਆ ਅਤੇ ਸੀ ਵੀ ਚਲੋ ਮੈਂ ਜਾ ਕੇ ਅਤੇ ਬੱਚਾ ਫੜ ਲੂੰਗਾ ਹਾਂਜੀ
तो तुम मुड़ के कर लो जो भी कार भी बच्चा तो सेफ होएगा अगले का तो नेड़े ही सां तो चलो उन्हें कर लिया भी कर भी जयपल कि सोच के भी हैप्पी तो खून भी नहीं चुकता तो गया तो बच्चे की जेब च परची इन्हें लेके पाई नाल दे भी ये लड़िया घुलिया मर्जी कहो मैं नहीं रखना तो उस कार चो परची पा के तरन तारण दरबार साहब छड़न चलिया जी बच्चे परची निकली भी ड्रैस ड्रुस लेके ना लुधियाने का लेके भी उन्होंने पहुँचा देंगे तो उत्थे मैं गुरुद्वारे छड़ आना तो वह वेख्या गड्डी पता नहीं नाल देने झूठ ही वेल दे गड्डी तेल है नहीं हाँ जी की कीती रह कखना नहीं तो नहीं तो चलो छड़ दिन गल होर होंगी उ तो ये मोटरसाइकिल लै गए तो कैनी लै गए उन्होंने तो तेल लैन चलिया तेल लिया तो गड्डी फिर भा के मुंडे होंगे उत्थे छड़ते हैं तो वो ये तेल लैके आया उधरों तो उधरों पुलिस चली गई तड़के जो टाइम से फड़े गए मुंडा भी चलो सही सलामत आ गया हाँ नहीं फड़ मेरे तो पहले ही लिया कुछ मिनटा का ही भी जो मैं दसी भी जाना उन्होंने लोकेशन दसती उन्हें फड़ ले मेरे जाते फड़ के ले गए लुधियाने मिले फिर ना उदू तो फड़ के लै गए तो उन्होंने वास्ते मुलजम से नहीं नहीं पुलिस कस्टडी हाँ फर्स्ट रिएक्शन की वाह मैं दसदा ना वो गल मैं तो जो गया ही जो थोड़ी नेड़े हाँ तो उन्हें फड़ ले फड़ के गड्डिया चाए तो लै गए मुंडा भी लै गए इन्हों भी लै गए जोड़ी पुलिस पार्टी मेरे नाल सी तो वो मैनू ही उन्होंने हरी के लिया के ना मैनू मैं जानता सी जानदार हो जी तो उ कहना भुलर साहब आप जाइए लैटरिन बाथरूम जे बूआ उतर ही तुरे फिरते हैं चलो उ जंगल जे च उतर उतर गए मैं वापस आ गया तो मैं तो सी मैं भी तुम इतों बसें बिठा दौ तो मैं बटकुआ मैंने मैं मतलब किराया तार रुपये दे दो तो मैं उतों हो के फिरोजपुरों कपड़े कपड़े बदल के तो कार अपनी लैके आ जाना एक्चुअली उत्तों उन्होंने हो गई कहना नहीं नहीं उत्थे कपड़े मंगा लो जे बुआ फिर मैं समझ आई भी जड़ा ने मैंने इतने जंगल च तार तूर के पासे नू चले गए आप दूर किन्ना चिर तो ये दिल ची भी इधर महसूस हो जाए मेरे ते भी ना गुस्सा करे हाँ जी फलान ढमकान भी इन्हें ता ही करतूत भी उत्थे रोक भी की बच्चों तेन होना भी उन्हें सोचा भी मुलजिम ही होना जो की हुई या की नहीं कुछ देर रात जोड़े ने भी कान भरे थे उत्थे चो मैं गया तो इन्हों कुट रहे थे मुड़ियां अभी फिर इधर दी गए हो के चाह चू भी एक थो पीती पूती रुके दवा दब चले गए उधर की शॉर्टकट तो इन्हों सी ए स्टाफ कुट कट रहे थे तो वो देसराज जोड़ा बच्चे बैठा से इधर वह भनोई है तो इधर जी का मुंडा चुकया वो बैठा है तो हैप्पी जोड़ा मुक्तसर दाखिल से तो ये मैनू वेख के कहना कटा के मुंडे मेरी भैन का घर लुट्टन पै गए ये कहता मैनू तो अग लग गई मैं की बकवास करदा किड़े जटा के मुंडे पै गए इधर उधर खैर उन्हें मैनू मुलाजमान ने थोड़े द्वारा सैपरेट रूम जे नहीं 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 बिठाता मैं कमरे च बिठाता मंजे से जोड़ा उन्होंने बिच छोटा जि स्टाफ से मैं फिर निकलिया मैं मेरी गलत सुनो इन्हों जो गोली मारनी है मार दौ मेरी गलत सुनो मैं मेरे ना कोई अफसर के मत्थे लाओ सारे अफसर उत्थे ही एस पी एस एस पी है नहीं बाकी सारे अफसर एस पी उस पी खड़े फिर वो मेरे को सरदार सी अफसर इतने भी एस एस पी रहे हैं बहुत चंगे उन्होंने बुक्स वगैरह भी लिखी तो वो तीन चार अफसर आए मेरे को मैं क्या मैं इन्हों किडे कि डाकूंगा ये तो मैनू तुम पाँच मिनट दौ मैं तुम्हें सारे पूछ देना बा के भी की किया फिर कुटना इन्होंने कुटी जाए भी गल की है तो जड़ा और तुम बिठाया बना के ये तो बगैर एक करतूत नहीं हो सकती राज सारी स्टोरी मैंने दसती उन्होंने भी अपने चुकया जेब वो
ਅਤੇ ਥਾਣੇਦਾਰ ਨੇ ਮੈਂ ਇਹਦੇ ਬਗੈਰ ਨਹੀਂ ਹੋ ਸਕਦੀ ਅਤੇ ਤੁਸੀਂ ਇੱਕ ਨਾ ਪੁੱਛੋ ਤਾਂ ਸਹੀ ਤੁਸੀਂ ਇਹਨਾਂ ਨੂੰ ਮਾਰ ਦਿਓ ਜਿਹੜੀ ਗੋਲੀ ਮਾਰਨੀ ਪਰ ਸੱਚਾਈ ਤਾਂ ਪੁੱਛੋ ਵੀ ਗੱਲ ਕੀ ਹੈ ਜਾਂ ਮੈਨੂੰ ਦੱਸੋ ਮੇਰੇ ਵੱਲ ਲਿਆਓ ਮੁੰਡੇ ਅਤੇ ਮੈਂ ਇਹਨਾਂ ਨੂੰ ਸਾਰਿਆਂ ਤੋਂ ਪੁੱਛ ਦੇਣਾ ਕਰਕੇ ਸੈਪਰੇਟ ਕਰੋ ਇਹ ਕਰਕੇ ਮੇਰੇ ਵੱਲ ਘੱਲੀ ਜਾਓ ਤਾਂ ਮੈਂ ਹੁਣੇ ਤੁਹਾਨੂੰ ਪੁੱਛ ਕੇ ਦੱਸਦਾ ਪਰ ਬਗੈਰ ਇਹਦੇ ਇਹ ਕਰਤੂਤ ਨਹੀਂ ਹੋ ਸਕਦੀ ਇਹ ਨਾ ਮੁੰਡੇ ਕ੍ਰਿਮੀਨਲ ਨੇ ਨਾ ਕੁਛ ਨੇ ਇਹਨਾਂ ਨੂੰ ਪਤਾ ਹੀ ਨਹੀਂ ਇਹਦੇ ਪੜ੍ਹਨਾ ਇਹ ਮੁੰਡਾ ਸਾਡਾ ਦੇਖੋ ਉਹਨਾਂ ਫਿਰ ਜਦੋਂ ਉਹਨਾਂ ਨੂੰ ਪੁੱਛਿਆ ਪੁੱਛਿਆ ਉਹ ਮੁੰਡਿਆਂ ਨੂੰ ਮੈਨੂੰ ਤਾਂ ਨਹੀਂ ਮਿਲਦੇ ਉਹਨਾਂ ਉੱਥੇ ਕਮਰੇ 'ਚ ਬਿਠਾ ਰੱਖਿਆ ਮੈਨੂੰ ਨਹੀਂ ਪਤਾ ਕੀ ਪੁੱਛਿਆ ਅਤੇ ਕੀ ਨਹੀਂ ਪੁੱਛਿਆ ਪਰ ਉਹ ਅਫਸਰ ਦਸਾਂ ਮਿੰਟਾਂ 'ਚ ਇਹਨੂੰ ਹਵਾਲਾ 'ਚ ਦੇ ਕੇ ਦੇਸ ਰਾਜ ਨੂੰ ਮੈਨੂੰ ਦੇਸ ਰਾਜ ਸਾਹਮਣੇ ਵਾਲਾ ਸੀ ਅਤੇ ਫਿਰ ਮੇਰੇ ਕੋਲ ਆਏ ਅਤੇ ਮੈਨੂੰ ਆਉਂਦੇ ਵੀ ਤੁਸੀਂ ਠੀਕ ਸੀ 15-20 ਮਿੰਟ ਬਾਅਦ ਵੀ ਵਾਕਿਆ ਇਹਦਾ ਕਸੂਰ ਹੈ ਅਤੇ ਸਾਨੂੰ ਦੁੱਖ ਆ ਉਹਨਾਂ ਕਿਤੇ ਫੋਨ ਕੀਤਾ ਇੱਥੋਂ ਦੇ SSP ਨੂੰ ਅਤੇ ਵੀ ਇਸ ਤਰ੍ਹਾਂ ਵੀ ਉਹ ਫਲਾਣਾ ਥਾਣੇਦਾਰ ਤੁਹਾਡਾ ਅਤੇ ਉਹ ਇਸ ਤਰ੍ਹਾਂ ਉਹਨਾਂ ਰਾਤ ਹੀ ਕਿਤੇ ਗੱਲ ਤੜਕੇ ਤੁੜਕੇ ਹੋਈ ਵੀ ਕਿਹੜੇ ਨਾਮ ਕਰ ਲਿਆ ਜੇ ਉਹ ਹਾਲੋਂ SSP ਨਵਾਂ ਆਇਆ ਸੀ ਮੈਨੂੰ ਨਹੀਂ ਜਾਣਦਾ ਕਿਉਂਕਿ ਉਹ ਮੈਂ ਕੋਰਸ ਕਰਨ ਗਿਆ ਸੀ ਪਿੱਛੋਂ ਬਦਲ ਕੇ ਆਇਆ ਜ਼ਿਲ੍ਹੇ 'ਚ ਅਤੇ ਉਹਨੇ ਕਿਹਾ ਵੀ ਉਹਦਾ ਸਾਡਾ ਸਭ ਤੋਂ ਟੋਪ ਦਾ ਥਾਣੇਦਾਰ ਆ ਉਹ ਤਾਂ ਬੰਦਾ ਹੀ ਨਹੀਂ ਇਹੋ ਜਿਹਾ ਕਰ ਹੀ ਨਹੀਂ ਸਕਦਾ ਇਹ ਗੱਲ ਉਹਦੇ ਬਾਰੇ ਤੁਸੀਂ ਕਿਵੇਂ ਕਿਹਾ ਤੁਸੀਂ ਤੂੰ ਆਪਣੇ ਥੱਲੇ ਪੁੱਛ ਕੇ ਦੱਸਿਆ ਵੀ ਉਹ ਭੁਪਿੰਦਰ ਸਿੰਘ ਨਹੀਂ ਇਹੋ ਜਿਹਾ ਜਾਂ ਇਹ ਨਹੀਂ ਹੋ ਸਕਦਾ ਬਿਲਕੁਲ ਹੀ ਅਤੇ ਉਹ ਫਿਰ ਉਹਨਾਂ ਦਾ ਮੇਰੇ ਬਾਰੇ ਨਜ਼ਰੀਆ ਉਹੀ ਸੀ ਜੋ ਦੱਸਿਆ ਮੈਨੂੰ ਬਾਅਦ 'ਚ ਪਤਾ ਲੱਗਾ ਉਹਨਾਂ ਦੱਸਿਆ ਵੀ SSP ਤੋਂ ਪੁੱਛਿਆ ਸੀ ਅਤੇ ਉਹਨਾਂ ਕਿਹਾ ਵੀ ਸਾਡਾ ਸਭ ਤੋਂ ਟੋਪ ਦਾ ਥਾਣੇਦਾਰਾਂ 'ਚ ਤਾਂ ਬਹੁਤ ਹੀ ਵਧੀਆ ਇਨਸਾਨ ਆ ਜਿਹੜਾ ਮੇਰੇ ਨਾਲ ਫਿਰ ਉਹਨਾਂ ਦੁੱਖ ਸਾਂਝਾ ਕੀਤਾ ਵੀ ਬੜਾ ਸਾਨੂੰ ਦੁੱਖ ਹੈ ਵੀ ਤੁਸੀਂ ਬੱਚਾ ਇਸ ਤਰ੍ਹਾਂ ਬਣਾਇਆ ਦੇ ਵਿੱਚ ਫਸ ਗਿਆ ਅਤੇ ਦੱਸੋ ਅਸੀਂ ਹੁਣ ਕੀ ਕਰ ਸਕਦੇ ਹਾਂ ਤੁਹਾਡੀ ਮਦਦ ਮੈਂ ਹਜੇ ਜਿਹੜਾ ਮੁੰਡਾ ਤਰਨ ਤਾਰਨ ਵਾਲਾ ਇਹ ਬਿਲਕੁਲ ਇਨੋਸੈਂਟ ਹੈ ਬਾਹਰੋਂ ਆਇਆ ਉਹਦਾ ਪਿਓ ਮਰ ਗਿਆ ਇਹਨੂੰ ਛੱਡ ਦਿਓ ਉਹ ਕਹਿੰਦੇ ਵੀ ਮਦਈ ਨਾਲ ਆ ਹਾਂਜੀ ਅਤੇ ਅਸੀਂ ਕੋਸ਼ਿਸ਼ ਕਰਾਂਗੇ ਜੇ ਹੋਇਆ ਪਰ ਅਸੀਂ ਪੱਕਾ ਨਹੀਂ ਗਿਆ ਅਤੇ ਮੈਨੂੰ ਫਿਰ ਉਹਨਾਂ ਨੇ ਜਦੋਂ ਇੱਥੋਂ ਹੀ ਪਤਾ ਲੱਗਾ ਮੈਂ ਫੋਨ ਕੀਤਾ ਜਿੱਥੋਂ ਬੰਦੇ ਮੇਰੇ ਮਗਰ ਚਲੇ ਗਏ ਉਸ ਟਾਈਮ ਹੀ ਅਤੇ ਮੈਨੂੰ ਆਉਂਦੇ ਵੀ ਚਲੋ ਤੁਸੀਂ ਜਾਓ ਫੋਨ ਨੰਬਰ ਮੇਰਾ ਲਿਖ ਜਾ ਤੁਸੀਂ ਜਾਓ ਮੈਂ ਆ ਗਿਆ ਮੈਂ ਤਾਂ ਆਣ ਕੇ ਮੰਜੀ 'ਤੇ ਡਿੱਗ ਪਿਆ ਅਤੇ ਇਹ ਕੀ ਬਣਿਆ ਅਤੇ ਸਾਡੀਆਂ ਤਾਂ ਕਿਤੇ ਪੀੜ੍ਹੀਆਂ 'ਚ ਇਹੋ ਜਿਹੀ ਗੱਲ ਹੈ ਨਹੀਂ ਇਹ ਕੀ ਹੋਇਆ ਉੱਥੇ ਨਾ ਉੱਥੇ ਨਹੀਂ ਹੋਈ ਉਹਨਾਂ ਨੇ ਕੀਤੀ ਦੇਖਿਆ ਉੱਥੇ ਜੋ ਕਰ ਰਹੇ ਸੀ ਮੈਂ ਤਾਂ ਉਹਦੇ ਆ ਗਿਆ ਫਿਰ ਅਤੇ ਉਹ ਇੱਕ ਦੋ ਦਿਨ ਬਾਅਦ ਮੈਨੂੰ ਰਾਤ ਨੂੰ ਫੋਨ ਆਇਆ SPD ਸਾਹਿਬ ਸਰਦਾਰ ਸੀ ਉਹ ਅਤੇ ਉਹਨਾਂ ਕਨਫਰਮ ਕੀਤਾ ਕਿ ਤੁਸੀਂ ਬੋਲ ਮੈਂ ਹਾਂਜੀ ਕਹਿੰਦਾ ਵੀ ਜਾਂ ਤਾਂ ਸਵੇਰੇ 6 ਵਜੇ ਇੱਥੋਂ ਮੈਂ ਡਿਊਟੀ ਲਾ ਦੇਣਾ ਗੱਡੀ ਭੇਜ ਦੇਣਾ ਤੁਹਾਨੂੰ ਲੈ ਆਓ ਅਤੇ ਨਹੀਂ ਤਾਂ ਤੁਸੀਂ ਸਵੇਰੇ ਮੈਨੂੰ 8 ਵਜੇ ਮਿਲਣਾ ਮੈਂ ਕਿਤੇ ਜਾਣਾ ਵਾ ਮੈਂ ਜੀ ਮਿਲ ਲੂੰਗਾ ਕਹਿੰਦਾ ਦੇਖ ਲਓ ਮੈਂ ਇੱਥੋਂ ਗੱਡੀ ਭੇਜ ਦੂੰਗਾ ਕਿ ਲੇਟ ਮੈਂ ਕਿ ਕਿੱਥੇ ਉਹਨਾਂ ਜਾਣਾ ਹਾਈਕੋਰਟ 'ਤੇ ਕਿੱਥੇ ਮੈਂ ਵੀ ਨਹੀਂ ਸਰ ਮੇਰੇ ਕੋਲ ਗੱਡੀ ਹੈਗੀ ਹੈ ਮੈਂ ਨਾਲ ਕਿਉਂ ਲੈਣਾ ਚਲੋ ਉੱਥੇ ਆਜੂਗਾ ਮੈਂ ਉੱਥੇ ਚਲਾ ਗਿਆ ਅਤੇ ਉਹ ਸਰਦਾਰ 8 ਵਜੇ ਹੀ ਆਪਣੇ ਦਫ਼ਤਰ 'ਚ ਬੈਠਾ ਸੀ ਜਿਹੜੇ ਦਫ਼ਤਰ ਸੀ SSP ਦਾ ਉਸੇ ਵੇਲੇ ਹੀ ਉਹਨਾਂ ਮੈਨੂੰ ਅੰਦਰ ਬੁਲਾ ਲਿਆ ਅਤੇ ਮੈਨੂੰ ਅੰਦਰ ਬੁਲਾ ਕੇ ਅਤੇ ਉਹ ਕਹਿੰਦੇ ਵੀ ਮੈਨੂੰ ਤਾਂ ਰਾਤ ਨੀਂਦ ਨਹੀਂ ਆਈ ਵੀ ਮੇਰਾ ਵੀ ਬੱਚਾ ਕਹਿੰਦੀ ਕਿੱਥੇ ਪੜ੍ਹਦਾ ਅਤੇ ਇਸ ਤਰ੍ਹਾਂ ਦਾ ਹੀ ਆ ਅਤੇ ਉਹਨੂੰ ਤਾਂ ਦੇਸ ਰਾਜ ਨੇ ਕੋਈ ਥਾਣੇਦਾਰ ਸੀਗਾ ਹਿੰਦੂ ਹੀ ਸੀ ਕੋਈ ਸਬ ਇੰਸਪੈਕਟਰ ਨਵਾਂ ਡਾਇਰੈਕਟ ਅਤੇ ਦੇਸ ਰਾਜ ਨੇ ਉਹਨੂੰ ਪੈਸੇ ਪੂਸੇ ਵੀ ਦਵਾਏ ਆਪਣੇ ਜਵਾਈ ਰਾਹੀਂ ਅਤੇ ਉਹਨੂੰ ਕਿਹਾ ਵੀ ਜਿਹੜਾ ਜੈਪਾਲ ਹੈ ਬੜਾ ਵੱਡਾ ਕ੍ਰਿਮੀਨਲ ਆ ਇਹਦਾ ਬੜਾ ਵੱਡਾ ਉਹ ਹੈਗਾ ਗਰੋਹ ਆ ਇਹਦੇ 'ਚੋਂ ਬੜੀਆਂ ਵਾਰਦਾਤਾਂ ਨਿਕਲੀਆਂ ਅਤੇ ਉਹਨੂੰ ਇੰਟੈਰੋਗੇਟ ਕਰ ਅਤੇ ਉਹ ਜਿਹੜਾ ਨਵਾਂ ਥਾਣੇਦਾਰ ਸੀ ਉਹ ਉਹਦੀ ਅਕਲ ਹੈ ਨਹੀਂ ਸੀ ਡਾਇਰੈਕਟ ਪ੍ਰਤੀ ਆ ਉਹ ਉਹਨੂੰ ਹੀ ਕੁੱਟੀ ਗਿਆ ਅਤੇ ਕਹਿੰਦਾ ਵੀ ਮੈਂ ਤਾਂ ਰਾਤੀਂ ਸਟਾਫ 'ਚ ਗਿਆ
ਅਤੇ ਜਦੋਂ ਮੈਂ ਬੱਚੇ ਦੀ ਹਾਲਤ ਵੇਖੀ ਤਾਂ ਉਹਦੇ ਪਿਸ਼ਾਬ ਰਾਹੀਂ ਖੂਨ ਆ ਰਿਹਾ ਸੀ ਅਤੇ ਮੈਂ ਕਿਹਾ ਵੀ ਤੈਨੂੰ ਮੁਨਸ਼ੀ ਨੂੰ ਕਿਹਾ ਵੀ ਇਹਨੂੰ ਕਿੰਨੇ ਮਾਰਿਆ ਬਿਲਕੁਲ ਨਿਡਾਲ ਸੀ ਉਹ ਕਹਿੰਦਾ ਜੀ ਆਹ ਇੰਸਪੈਕਟਰ ਮੈਂ ਉਹਨੂੰ ਸੱਦਿਆ ਮੈਂ ਆਰਾਮ ਜਾ ਰਿਹਾ ਇਹਨੂੰ ਕਿਉਂ ਮਾਰਿਆ ਜੀ ਅਸੀਂ ਜੀ ਇਹ ਦੇਸ਼ ਰਾਜ ਕਹਿੰਦਾ ਸੀ ਵੀ ਇਹ ਤਾਂ ਬੜਾ ਵੱਡਾ ਕ੍ਰਿਮੀਨਲ ਹੈ ਜੋ ਬੱਚਾ ਸੀ ਉਹ ਅਤੇ ਇਹਦੇ 'ਚੋਂ ਨਿਕਲਿਆ ਤਾਂ ਮੈਂ ਤਾਂ ਉਹਨੂੰ ਤਾਂ ਉਹਨੇ ਕੀਤਾ ਸਸਪੈਂਡ ਉਦੋਂ ਹੀ ਅਤੇ ਇਹਨੂੰ ਕਹਿੰਦਾ ਅਤੇ ਉਹਦਾ ਬੱਚਾ ਫਸਾ ਤਾ ਹੀ ਅਤੇ ਇੱਕ ਉਹਨੂੰ ਜਾਨੋਂ ਹੀ ਮਰਵਾ ਦੇਣ ਲੱਗਾ ਇਹ ਕਿਹੜਾ ਕ੍ਰਿਮੀਨਲ ਆ ਅਤੇ ਫਿਰ ਉਦੋਂ ਬਾਅਦ ਮੈਨੂੰ ਫੋਨ ਕੀਤਾ ਅਤੇ ਮੈਨੂੰ ਕਹਿੰਦਾ ਵੀ ਤੂੰ ਕਿਹੋ ਜਿਹਾ ਪਿਓ ਆ ਤੂੰ ਮਗਰ ਹੀ ਨਹੀਂ ਆਇਆ 7 ਦਿਨ ਦਾ ਉਹਦਾ ਰਿਮਾਂਡ ਸੀਗਾ ਅਤੇ ਬੱਚਾ ਜੇ ਫਸਾ ਤਾ ਤਾਂ ਤੂੰ ਮਗਰ 'ਤੇ ਆਉਣਾ ਸੀ ਜੀ ਉਹ ਮੈਂ ਜੀ ਮੈਂ ਮਗਰ ਕੀ ਆਉਣਾ ਸੀ ਮੇਰੇ ਮੈਂ ਤਾਂ ਮੰਜੀ ਤੋਂ ਨਹੀਂ ਉੱਠਿਆ ਮੈਂ ਤਾਂ ਡਿਊਟੀ ਵੀ ਨਹੀਂ ਗਿਆ ਉੱਥੇ ਮੈਂ ਛੁੱਟੀ ਲਿਖ ਕੇ ਲੰਬੀ ਭੇਜਤੀ ਅਤੇ ਮੇਰੇ 'ਚ ਤਾਂ ਜਾਣ ਹੀ ਨਹੀਂ ਰਹੀ ਵੀ ਕੀ ਬਣਿਆ ਨਹੀਂ ਨਹੀਂ ਕਾਫੀ ਸਮਝਾਇਆ ਉਹਨਾਂ ਮੈਨੂੰ ਪਾਣੀ ਚਾਹ ਮੰਗਾਈ ਅਤੇ ਮੈਨੂੰ ਕਹਿੰਦਾ ਵੀ ਤੁਸੀਂ ਨਾ ਕੋਈ ਗੱਲ ਨਹੀਂ ਇਹ ਬਿਲਕੁਲ ਭੋਲਾ ਬੱਚਾ ਵਾ ਇਹਨੂੰ ਫਸਾ ਦੇਣਗੇ ਫਿਰ ਵੀ ਅਤੇ ਇਹਦੀ ਬਿਲਕੁਲ ਪੈਰਵਾਈ ਕਰੋ ਬੇਲ ਵਗੈਰਾ ਕਰਾਇਓ ਇਹਨੇ ਛੋਟੀ ਉਮਰ ਹੋ ਕੇ ਦੂਜੀ ਜੇਲ੍ਹ 'ਚ ਚਲੇ ਜਾਣਾ 18 ਤੋਂ ਘੱਟ ਸੀਗਾ ਅਤੇ ਤੁਸੀਂ ਇਹਦੀ ਕਰਿਓ ਕਰਿਓ ਅਤੇ ਐਂ ਨਾ ਕਰੋ ਉਹ ਜੇ ਆ ਤਾਂ ਬਿਲਕੁਲ ਉਹਨੇ ਕੋਈ ਗੱਲ ਹੀ ਨਹੀਂ ਕੋਈ ਦੱਸਤੀ ਮੈਂ ਰਾਤ ਉਹਨਾਂ ਗੱਲਾਂ ਕਰਦਾ ਰਿਹਾ ਅਤੇ ਹੁਣ ਤੁਸੀਂ ਮਿਲ ਕੇ ਉਹਨੂੰ ਤਾਂ ਫਿਰ ਜਾਣਾ ਮੈਂ ਹਾਂਜੀ ਚਲੋ ਠੀਕ ਆ ਮਿਲ ਕੇ ਮੈਂ ਉੱਥੋਂ ਤੁਰ ਕੇ ਅਤੇ ਨੇੜੇ ਸਟਾਪ ਸੀ ਅਤੇ ਨਾਲ ਹੀ ਸੜਕ ਸੀ ਰੋਡ 'ਤੇ ਹੁਣ ਵੀ ਉੱਥੇ ਮੈਂ ਜੋ ਆਇਆ ਅਤੇ ਉਹ ਮਗਰ ਦੋ ਉਹਨਾਂ ਦੇ ਗਨਮੈਨ ਆ ਰਹੇ ਸੀ ਅਤੇ ਮੈਂ ਜੋ ਮੁੜ ਜੇ ਲੱਗੇ ਸਟਾਪ 'ਤੇ ਆਇਆ ਅਤੇ ਮੈਂ ਵੀ ਕਿਵੇਂ ਸਾਹਿਬ ਨੇ ਬੁਲਾਇਆ ਕਹਿੰਦੇ ਜੀ ਨਹੀਂ ਨਹੀਂ ਕਹਿੰਦੇ ਜੀ ਸੱਚੀ ਗੱਲ ਹੈ ਵੀ ਸਾਹਿਬ ਕਹਿੰਦੇ ਸੀ ਵੀ ਜੇ ਭੁਪਿੰਦਰ ਸਿੰਘ ਨਾ ਗਿਆ ਨਾ ਉਹਨੂੰ ਮੇਰੇ ਸੁਭਾਅ ਬਾਰੇ ਪਤਾ ਲੱਗ ਚੁੱਕਾ ਸੀ ਪਿੱਛੇ ਵੀ ਸਟਾਫ 'ਚ ਨਾ ਗਿਆ ਅਤੇ ਉਹਨੂੰ ਜਾਣ ਨਹੀਂ ਦੇਣਾ ਫਿਰ ਵਾਪਸ ਲੈ ਆਓ ਵੀ ਕਾਰ 'ਚ ਨਹੀਂ ਬਹਿਣ ਦੇਣਾ ਫਿਰ ਵਾਪਸ ਮੇਰੇ ਕੋਲ ਆਇਓ ਅਤੇ ਮੈਂ ਨਹੀਂ ਮੈਂ ਪ੍ਰੋਮਿਸ ਕੀਤਾ ਸੀ ਉਹਨਾਂ ਨਾਲ ਵੀ ਮੈਂ ਮਿਲੂੰਗਾ ਉਹ ਫਿਰ ਅੰਦਰ ਨਾਲ ਹੀ ਜਾ ਕੇ ਅਸੀਂ ਵੀ ਸਾਨੂੰ ਇਹ ਵੀ ਕਿਹਾ ਵੀ ਮੁਨਸ਼ੀ ਮੱਛੀ ਨੂੰ ਉਹਨੂੰ ਕਢਾ ਕੇ ਸੈਪਰੇਟ ਕੁਰਸੀਆਂ 'ਤੇ ਸਾਨੂੰ ਬਿਠਾ ਦਿੱਤਾ ਪਿਓ ਪੁੱਤਾਂ ਨੂੰ ਅਤੇ ਉੱਥੇ ਵੀ ਤੁਸੀਂ ਗੱਲਬਾਤ ਕਰੋ ਜੇ ਉਹ ਆ ਮੁਨਸ਼ੀ ਵੀ ਚਲੋ ਬੱਚੇ ਨੂੰ ਇਹ ਕਹੂਗਾ ਵੀ ਕੋਈ ਗੱਲ ਨਹੀਂ ਅਤੇ ਇਹ ਨਹੀਂ ਆ ਉਹ ਕੀਤਾ ਅਤੇ ਦੇਖ ਲਓ ਵੀ ਮੁੜ ਕੇ ਉਹਨਾਂ ਮੈਨੂੰ ਪੱਕੀ ਕੀਤੀ ਵੀ ਤੁਸੀਂ ਉਹਦੀ ਮਤਲਬ ਡੇਟ ਵਗੈਰਾ 'ਤੇ ਆਓਗੇ ਜੇ ਉਹ ਆ ਅਤੇ ਜਿੱਦਣ ਉਹਨਾਂ ਦਾ ਰਿਮਾਂਡ ਖਤਮ ਹੋਣਾ ਸੀ ਅਤੇ ਉਹ ਅਫਸਰ ਨੇ ਉਹਨਾਂ ਨੂੰ ਵੀ ਗਾਈਡ ਕੀਤਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਆ ਉਹ ਬੱਚੇ ਆਪਦੇ ਐਵੇਂ ਚਲੋ ਉਹਦਾ ਕਸੂਰ ਸੀ ਉਹ ਕਹਿੰਦੇ ਚਲੋ ਬੱਚਾ ਸਾਡਾ ਸਹੀ ਸਲਾਮ ਦੇ ਮਿਲ ਗਿਆ ਅਤੇ ਅਸੀਂ ਰਾਜੀਨਾਮਾ ਕਰ ਲੈਂਦੇ ਹਾਂ ਅਤੇ ਅਸੀਂ ਲਿਖ ਕੇ ਦੇ ਦਿੰਦੇ ਹਾਂ ਅਤੇ ਉਹਨਾਂ ਨੇ ਪੁਲਿਸ ਨੂੰ ਕਿਹਾ ਇਹਨੂੰ ਵੀ ਕਿਹਾ ਵੀ ਤੈਨੂੰ ਉੱਥੇ ਸਾਡੇ ਸਿਨਮੇ 'ਚ ਪੁਲਿਸ ਹੀ ਲੈ ਆਊਗੀ ਦੇ ਰਾਂ ਇਹਨੂੰ ਅਤੇ ਜੱਫੀਆਂ ਪਵਾ ਦੂਗੀ ਅਤੇ ਬਸ ਕੇਸ ਖਤਮ ਇਹ ਕਹਿੰਦਾ ਮੈਂ ਤਾਂ ਨਹੀਂ ਜਾਣਾ ਦੇਸ ਰਾਜ 'ਚ ਵੀ ਉਹਨਾਂ 120 ਵੀ ਲਾਈ ਨਾ ਇਹਨੂੰ ਇਹਦੇ ਦਿਲ 'ਚ ਵੀ ਸਾਰੇ ਛੁੱਟ ਜਾਣਗੇ ਕਹਿੰਦਾ ਮੈਂ ਨਹੀਂ ਜਾਣਾ ਮੇਰਾ ਉਹਨਾਂ ਨਾਲ ਕੋਈ ਰਾਜੀਨਾਮਾ ਨਹੀਂ ਉਹ ਜੇ ਆ ਇਹਨੇ ਉਹ ਕੇਸ ਨਿਬੜਦੇ ਨਹੀਂ ਗਏ ਵੀ ਮੈਂ ਉੱਥੇ ਕੋਈ ਮੇਰੇ ਇੱਥੇ ਵੀ ਜਾਣਕਾਰ ਸੀ ਉਹਨਾਂ ਕਿਹਾ ਵੀ ਤੁਹਾਡੇ ਨਾਲ ਚੱਲਦੇ ਹਾਂ ਅਤੇ ਉਹਨਾਂ ਦੀ ਦੇਖ ਲਓ ਵੀ ਇੰਨੀ ਸੀਗੀ ਵੀ ਇੱਕ ਤਾਂ ਉਹ ਗਰੇਵਾਲ ਜਿਹੜਾ ਅਕਾਲੀ ਦਲ ਦਾ ਮੰਤਰੀ ਵਗੈਰਾ ਉਹਨੂੰ ਲਿਆ ਇੱਕ ਸਰਦਾਰ ਸੀ ਗਿੱਲ ਸਾਹਿਬ ਉਹ ਉੱਥੋਂ ਦੇ ਲੁਧਿਆਣੇ ਦੇ ਉਦੋਂ ਮੇਅਰ ਸਨ ਕਾਫੀ ਡੈਥ ਹੋ ਗਈ ਉਹਨਾਂ ਦੀ ਅਤੇ ਉਹ ਕਾਂਗਰਸ ਦੇ ਸਨ ਦੋਵੇਂ ਲੁਧਿਆਣੇ ਦੇ ਵੱਡੇ ਲੀਡਰ ਉਹਨਾਂ ਨਾਲ ਲਏ ਅਤੇ ਨਾਲ ਲੈ ਕੇ ਕਾਰਾਂ 'ਚ ਪਾਏ ਅਤੇ ਉੱਥੇ ਚਲੇ ਗਏ ਉਹ ਜਿੱਥੇ ਉਹ ਸਿਨੇਮਾ ਜਿਹਾ ਬਣਾਇਆ ਸੀ ਉਹ ਲਾਲਾ ਉੱਠ ਕੇ ਖੜ੍ਹਾ ਹੋ ਗਿਆ ਵੀ ਸਰਦਾਰ ਜੀ ਮੈਨੂੰ ਤੁਸੀਂ ਸਾਦੇ ਤੁਸੀਂ ਇੱਥੇ ਆ ਗਏ ਉਹ ਮੇਰੇ ਵੱਲ ਕਰਕੇ ਕਿਹਾ ਵੀ ਇਹ ਭੁਪਿੰਦਰ ਸਿੰਘ ਕਰਕੇ ਆਏ ਹਾਂ ਅਤੇ ਇਹਨਾਂ ਦਾ ਬੱਚਾ ਵਾ ਅਤੇ ਅਸੀਂ ਰਾਜੀਨਾਮਾ ਕਰ ਲਓ ਮੈਂ ਉਹਨਾਂ ਨੂੰ ਕਿਹਾ ਮੈਂ ਜੀ ਜੋ ਵੀ ਤੁਹਾਡਾ ਨੁਕਸਾਨ ਹੋਇਆ ਜਿੰਨਾ ਵੀ ਹੋਇਆ ਮੈਂ ਭਰ ਦਿੰਦਾ ਆਪਣੀ ਪ੍ਰਾਪਰਟੀ ਵੇਚ ਕੇ ਮੈਂ ਜ਼ਮੀਨ ਵਿੱਚ ਹੀ ਉਦੋਂ ਉਹਦੇ ਬਾਹਰ ਘੱਲਾਂ ਲਈ ਅਤੇ ਅਸੀਂ ਉਦੋਂ ਇਹਨੂੰ ਬਾਹਰ ਘੱਲ ਦੇਣਾ ਅਤੇ ਕਰੋ ਉਹ ਕਹਿੰਦੇ ਉੱਧਰ ਸਾਡੇ ਵੀਰਵਾਰ ਸੀ ਉਹ ਕਹਿੰਦੇ ਜੀ ਐਤਵਾਰ ਅਸੀਂ ਵਕੀਲ ਬਣਾ ਲੈਂਦੇ ਹਾਂ ਅਤੇ ਇਕੱਲੇ ਸਰਦਾਰ ਜੀ ਆ ਜਾਓ ਮੈਨੂੰ ਵੀ ਆਉਂਦੇ ਵੀ ਨਹੀਂ ਸਾਨੂੰ ਪਤਾ ਸਰਦਾਰ ਜੀ ਤੁਹਾਡਾ ਕੋਈ ਕਸੂਰ ਨਹੀਂ ਕਿਸੇ ਦਾ ਵੀ ਜੇ ਤੁਸੀਂ ਆ ਜਾਇਆ ਜੀ ਇੱਥੇ ਅਤੇ ਅਸੀਂ ਰਹਿ ਕਰਕੇ ਅਤੇ ਲਿਖ ਪੜ ਉੱਧਰ ਐਤਵਾਰ ਕਰ ਲਾਂਗੇ ਅਤੇ ਨਾਲ ਹੀ ਉਹਨੇ ਸ਼ਰਤ ਰੱਖੀ ਵੀ ਦੇਰ ਆ ਨਾ ਸਾਡਾ ਕੋਈ ਰਾਜੀਨਾਮਾ ਨਹੀਂ
ਮੈਂ ਜੀ ਦੇ ਰਹਿਣਾ ਤੇ ਮੇਰਾ ਬੋਲ ਚਾਲ ਵੀ ਨਹੀਂ ਤੁਹਾਡਾ ਰਿਸ਼ਤੇਦਾਰ ਹੈ ਨਾ ਰਾਜ ਦੇਵਾਂਗੇ ਕਿਸੇ ਦਾ ਹੋ ਗਿਆ ਵਿੱਚੋਂ ਹੀ ਜਿਹਦਾ ਮੈਂ ਅੱਗੇ ਨਾਂ ਲਿਆ ਸੀਗਾ ਉਹਦਾ ਸੀਗਾ ਨਾਲ ਦਾਦਾ ਮੈਂ ਦੂਜੇ ਵੀ ਨਾਲ ਲੈ ਗਿਆ ਮੁੰਡਿਆਂ ਦੇ ਵਾਰਸ ਤਿੰਨ ਚਾਰ ਮੁੰਡੇ ਸੀਗੇ ਅਤੇ ਉਹਨਾਂ ਨੂੰ ਮੈਂ ਪੱਕੀ ਕੀਤੀ ਵੀ ਕੋਈ ਦੇਰ ਰਾਜਾ ਤੁਸੀਂ ਕੋਈ ਗੱਲ ਨਹੀਂ ਕਰਨੀ ਪਰ ਉਹਨਾਂ ਨੂੰ ਵੀ ਕਿਤੇ ਸੀਗਾ ਵੀ ਇਹ ਰਵੇ ਉਹਨਾਂ ਦੇਸ ਰਾਜ ਨੂੰ ਦੱਸਤਾ ਦੇਸ ਰਾਜ ਨੇ ਇੱਥੇ ਉਹਦੀਆਂ ਭੈਣਾਂ ਸੀਗੀਆਂ ਉਹ ਨਾਲ ਲਈਆਂ ਆਪਣੀ ਘਰ ਦੀ ਨਾਲ ਲਈ ਅਤੇ ਉੱਥੋਂ ਕੁੜੀ ਨਾਲ ਲਈ ਲੁਧਿਆਣੇ ਵਾਲੀ ਅਤੇ ਉਹਨਾਂ ਦੇ ਘਰ ਜਾ ਕੇ ਉੱਚੀ ਉੱਚੀ ਰੋਣ ਲੱਗ ਗਿਆ ਅਤੇ ਉਹਨਾਂ ਦੇ ਘਰ ਜਾ ਕੇ ਕਹਿੰਦਾ ਵੀ ਉਹਦੇ ਥਣਦਰ ਬੜਾ ਬਦਮਾਸ਼ ਆ ਉਹਦੇ 'ਤੇ ਬੜੇ ਬੜੇ ਤਗੜੇ ਬੰਦਿਆਂ ਨਾਲ ਲਿੰਕ ਆ ਬੜੇ ਬੜੇ ਜੋ ਨਾ ਉਹਦੇ ਕਤਲ ਕਰਾ ਦਿੰਦਾ ਉਹਦੇ ਵਾਹ ਵਾ ਉਹਦੀ ਤਾਂ ਕੋਈ ਮੋੜਦਾ ਹੀ ਨਹੀਂ ਆ ਉਹਦੇ ਕਾਨੂੰਨਦਾਨ ਬੜਾ ਤਗੜਾ ਮੈਂ ਤਾਂ ਡਰਦਾ ਤੁਹਾਡੇ ਘਰ ਨਹੀਂ ਆਉਂਦਾ ਵੀ ਉਹਨੇ ਕਿਹਾ ਵੀ ਮੈਂ ਗੋਲੀਆਂ ਨਾਲ ਉਡਾ ਦਿਆਂਗਾ ਜੇ ਤੂੰ ਘਰ ਵੜਿਆ ਤਾਂ ਮੈਂ ਤਾਂ ਨਹੀਂ ਸੀ ਆਉਂਦਾ ਕਹਿੰਦਾ ਉਹਨੇ ਤਾਂ ਤੁਹਾਡਾ ਸਭ ਕੁਝ ਕੁਰਕ ਕਰਾ ਦੇਣਾ ਤੁਸੀਂ ਰਾਜੀਨਾਮਾ ਕਰ ਲੈਣਾ ਅਤੇ ਉਹਨੇ ਤੁਹਾਡੇ 'ਤੇ ਕੇਸ ਪਾ ਦੇਣਾ ਅਤੇ ਤੁਹਾਡੀ ਸਾਰੀ ਪ੍ਰਾਪਰਟੀ ਉਹਨੇ ਕੁਰਕ ਕਰਕੇ ਲੈ ਜਾਣੀ ਹੈ ਉਹਦਾ ਸਕੂਲ ਪੜ੍ਹਨ ਵਾਲਾ ਮੁੰਡਾ ਅਤੇ ਉਹਦੇ ਸਾਜ਼ਿਸ਼ ਹੈ ਸਾਰੀ ਅਤੇ ਉਹ ਬੁੱਢਾ ਸ਼ਨੀਵਾਰ ਇੱਥੇ ਆ ਗਿਆ ਸ਼ਾਮੀ ਕੰਜਰ ਜੱਟੀ ਇੱਥੇ ਬੈਠਾ ਦੇਖ ਰਹੇ ਵੀ ਹੋ ਗਿਆ ਇਹ ਮੈਂ ਦੇਖ ਰਹੇ ਕੀ ਹੋ ਗਿਆ ਇੱਥੇ ਬੈਠੇ ਉਹਦਾ ਰਾਜੀਨਾਮਾ ਹੋ ਗਿਆ ਮੈਂ ਕਿਵੇਂ ਰਾਜੀਨਾਮਾ ਹੋ ਗਿਆ ਉਹਦੇ ਕਰਦੇ ਵੀ ਗਏ ਸੀ ਅਤੇ ਆਪਣਾ ਉਹਦੀਆਂ ਭੈਣਾਂ ਵੀ ਗਈਆਂ ਸੀ ਅਤੇ ਉਹ ਕਹਿੰਦਾ ਉਹਨੂੰ ਭੁਪਿੰਦਰ ਸਿੰਘ ਉਹਨੂੰ ਕੱਲ੍ਹ ਵੀ ਲਿਖਣ ਵਾਲਾ ਰਹਿ ਗਿਆ ਅਤੇ ਲਿਖਾ ਰਿਹਾ ਨਹੀਂ ਨਹੀਂ ਮੈਂ ਨਹੀਂ ਦੱਸਿਆ ਮਿਸਤਰੀ ਨੇ ਭਾਵੇਂ ਦੱਸਿਆ ਵੀ ਇੱਕ ਠੇਕੇਦਾਰ ਉਹਦਾ ਬੇਟਾ ਸੀ ਮਿਸਤਰੀ ਨੇ ਮੈਂ ਮਿਸਤਰੀ ਨੇ ਕਿਉਂ ਮੈਨੂੰ ਸੁਨੇਹਾ ਦੇਣ ਮੈਂ ਉਹਨੇ ਟੀਚਰ ਕੀਤੀ ਆ ਜੇ ਦੇਹ ਰਾਜ ਉੱਥੋਂ ਹੋਇਆ ਫਿਰ ਰਾਜੀਨਾਮਾ ਨਹੀਂ ਹੁੰਦਾ ਤੂੰ ਇਹ ਕਿਹਾ ਮੈਨੂੰ ਤਾਂ ਉੱਥੋਂ ਹੀ ਵਰ ਗਈ ਨਹੀਂ ਨਹੀਂ ਉਹ ਕਹਿੰਦਾ ਲਿਖਣ ਵਾਲਾ ਰਹਿ ਗਿਆ ਉਹਦੀ ਗਲਤ ਹੀ ਹੋ ਗਿਆ ਲਿਖਣ ਵਾਲਾ ਰਹਿ ਗਿਆ ਉਹਨੂੰ ਕਹਿੰਦੇ ਤੂੰ ਕਹਿ ਲੈ ਲੈ ਮੈਂ ਅਗਲੇ ਦਿਨ ਉੱਥੇ ਗਿਆ ਉਹ ਲਾਲਾ ਤਾਂ ਮੈਨੂੰ ਲੱਭੀ ਨਹੀਂ ਮੈਂ ਇੱਧਰ ਵੇਖਾਂ ਉੱਧਰ ਵੇਖਾਂ ਗਿਆ ਇਹ ਉਹ ਖਣਾਉਣੇ ਦਫ਼ਤਰ 'ਚ ਸੀ ਬਾਥਰੂਮ 'ਚ ਲੁੱਕ ਗਿਆ ਇੱਧਰ ਉੱਧਰ ਕਿੱਧਰ ਗਿਆ ਮੈਂ ਘੁੰਮ ਘੁੰਮਾ ਕੇ ਆ ਗਿਆ ਖੀਰ ਮੈਂ ਕਾਰ 'ਚ ਸਾਈਡ 'ਤੇ ਜਾ ਕੇ ਅੱਧਾ ਘੰਟਾ ਬੈਠਾ ਰਿਹਾ ਅਤੇ ਫਿਰ ਗਿਆ ਉਹਨੂੰ ਚਿਰ ਨੀਅਰ ਪੋਰਟ ਸਾਡੇ ਇੱਕ ਵਜੇ ਦਾ ਟਾਈਮ ਸੀ ਛੋਟਾ ਜਿਹਾ ਦਫ਼ਤਰ ਸੀ ਵਿੱਚ ਦਿਨੇ ਉਹਨੇ ਵਧੀਆ ਸ਼ਰਾਬ ਦਾ ਰੱਖਿਆ ਬਿਸਕੀ ਦਾ ਅਤੇ ਸ਼ਰਾਬ ਪੀਣ ਡਿਆ ਅਤੇ ਉੱਥੇ ਟਿਫਨ ਰੱਖਿਆ ਅਤੇ ਮੈਂ ਜੋ ਯਕਦਮ ਚਲਾ ਗਿਆ ਸੁਧਾਰ ਜੀ ਤੁਸੀਂ ਕਿੱਧਰ ਫਿਰਦੇ ਹੋ ਮੈਂ ਜੀ ਤੁਹਾਨੂੰ ਬੁਲਾਇਆ ਉਹ ਦੇਹ ਰਾਜ ਦੱਸ ਗਿਆ ਸਾਨੂੰ ਸਾਨੂੰ ਪਤਾ ਲੱਗ ਗਿਆ ਉਹ ਤੂੰ ਲੁਕਦਾ ਹੀ ਸੀ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਮੈਂ ਵਾਪਸ ਆਇਆ ਅਗਲੇ ਦਿਨ ਮੈਂ ਆਪ ਹੀ ਕਾਰ ਚਲਾਉਣਾ ਮੇਰਾ ਕਾਰ ਦਾ ਐਕਸੀਡੈਂਟ ਹੋ ਗਿਆ ਮੇਰਾ ਮੁੰਡਾ ਮੁੰਡਾ ਕਾਰ ਦਾ ਫਿਸ ਗਿਆ ਮੈਂ ਉੱਥੇ ਦਾਖਲ ਹੋਇਆ ਉਹਨੇ ਚਿਰ ਨੂੰ ਇੰਨੇ ਮੈਂ ਮਹੀਨਾ ਸਵਾ ਮਹੀਨਾ ਦਾਖਲ ਰਿਹਾ ਬਚ ਕੇ ਗਿਆ ਉਹਨੇ ਚਿਰ ਨੂੰ ਦੇਸ ਰਾਜ ਨੇ ਮੈਂ ਮੰਜੀ 'ਤੇ ਪੈ ਗਿਆ ਦੇਸ ਰਾਜ ਨੇ ਸਭ ਉਹਨਾਂ ਨੂੰ ਪੱਕਿਆਂ ਛੱਕਿਆਂ ਕਰਤਾ ਮਾਂ ਐਕਸੀਡੈਂਟ ਹੁੰਦਾ ਮੈਂ ਫਿਰ ਉਹਨਾਂ ਕੋਲ ਜਾਂਦਾ ਅਤੇ ਅਲਾ ਉਹਨੇ ਕਿਹਾ ਮੈਂ ਮੇਰੇ ਜਿਹੜੀ ਪ੍ਰਾਪਰਟੀ ਆ ਲਿਖਾ ਲਓ ਮੈਂ ਕਾਹਦਾ ਕੇਸ ਕਰਨਾ ਤੁਹਾਡੇ 'ਤੇ ਅਤੇ ਮੁੰਡਾ ਵੀ ਇਹ ਤਾਂ ਤੁਸੀਂ ਲੰਘਦੇ ਨਹੀਂ ਆ ਔਰ ਉਹਨੇ ਐਸੇ ਕਿੱਲ ਠੋਕੇ ਮੁੜ ਕੇ ਮੈਂ ਵੀ ਡਿਪਰੈਸ਼ਨ 'ਚ ਹੋ ਗਿਆ ਡੀਲ ਬੂਲ ਇਹਨਾਂ ਇਕੱਠੀਆਂ ਲਾ ਤੀਆਂ ਰਿਜੈਕਟ ਹੋ ਗਈਆਂ ਮੈਂ ਕਿਤੇ ਕਹਿ ਬੈਠਾ ਵੀ ਚਲੋ ਤੂੰ ਹੀ ਲਾ ਲਓ ਬਾਅਦ 'ਚ ਲਾਸਟ ਇਸ ਤਰ੍ਹਾਂ ਹੀ ਅਤੇ ਉਦੋਂ ਬਾਅਦ ਐਸਾ ਇਹ ਫਿਸਲਿਆ ਦੁਬਾਰਾ ਫਿਰ ਫਿਸਲ ਗਿਆ ਜੋ ਮੇਰਾ ਦੁਬਾਰਾ ਫਿਰ ਮੈਂ ਸੋਚੂ ਮਲਵੋਟ ਲੱਗਾ ਸੀ ਅਤੇ ਬਾਹਰ ਕੱਢ ਕੇਸ ਉਹ ਲੰਮਾ ਚੱਲਦਾ ਰਿਹਾ ਮੈਂ ਨਹੀਂ ਉਹਦਾ ਦੋ ਢਾਈ ਸਾਲ ਰਿਹਾ ਜੇਲ੍ਹ 'ਚ ਫਿਰ ਬੇਲ ਹੋ ਗਈ ਹਾਂ ਡੇਟ ਹੋਈ ਉਹ ਵੀ ਇਹਨਾਂ ਨੇ ਲਾ ਦਿੱਤੀਆਂ ਦਵਾ ਦਵ ਇਕੱਲੇ ਇਕੱਲੇ ਦੀ ਹੋਣੀ ਸੀ ਨਹੀਂ ਉਹ ਨਾ ਇੱਧਰ ਜਿਹੜੀ
ਇੱਕ ਹੈਗੀ ਆ ਉਹਦੇ 'ਚ ਸੀਗਾ ਬੱਚਿਆਂ ਵਾਲੀ ਜੇਲ੍ਹ 'ਚ ਸੀ ਹਾਂ ਉਹਦੇ 'ਚ ਢਾਈ ਸਾਲ ਹਾਂ ਉਹਦੇ 'ਚ ਕੀ ਹੋਇਆ ਵੀ ਉਦੋਂ ਤੱਕ ਜੇਲ੍ਹ 'ਚ ਰਹਿਣ ਨਾ ਜਿਹੜਾ ਇਹ ਵਜੂਣਾ ਫਿਰ ਮੈਂ ਦੁਬਾਰਾ ਮੈਨੂੰ ਦੇਖ ਲਓ ਵੀ ਮੈਂ ਆਪ ਲੋਕਾਂ ਦੇ ਸਾਈਨ ਕਰਕੇ ਅਤੇ ਲੋਕਾਂ ਦੇ ਬਣਾਉਂਦਾ ਸੀ ਪਾਸਪੋਰਟ ਉਦੋਂ ਇੱਕ ਆਰਡਰ ਆਇਆ ਵੀ ਐੱਸ ਐੱਚ ਓ ਸਾਈਨ ਕਰ ਦੇ ਅਤੇ ਸਿੱਧੇ ਪਾਸਪੋਰਟ ਮਿਲ ਜਾਂਦੇ ਸੀ ਅਤੇ ਮੈਂ ਸਦਰ ਰੋਡ ਲੱਗਾ ਸੀ ਇਹਨੂੰ ਕੋਲ ਹੀ ਰੱਖਦਾ ਸੀ ਅਤੇ ਮੈਂ ਇਹਨੇ ਮੈਨੂੰ ਕਿਹਾ ਵੀ ਮੈਨੂੰ ਵੀ ਬਣਾ ਕੇ ਪਾਸਪੋਰਟ ਅਤੇ ਬਾਹਰ ਭੇਜ ਦਿਓ ਮੈਂ ਪੁੱਤ ਮੇਰੇ ਘਰ ਪੁਲਿਸ ਆਇਆ ਕਰੂ ਵਾਰੰਟ ਲੈ ਕੇ ਤੇਰਾ ਕੇਸ ਚੱਲਦਾ ਹਾਂਜੀ ਤੂੰ ਡਰਦੇ ਹੋ ਕੇਸ ਨਿਬੜ ਜਾਣਾ ਜੇ ਸਜ਼ਾ ਵੀ ਹੋ ਗਿਆ ਤੁਸੀਂ ਤਾਂ ਕਾਫੀ ਕੱਟੀ ਆ ਅਤੇ ਕੇਸ ਨਿਬੇੜ ਕੇ ਜਾ ਉਹ ਮੇਰੀ ਜਿਹੜੀ ਮੰਨ ਲਓ ਵੀ ਜਿਹੜੀ ਇੰਨੀ ਕੁ ਚੀਜ਼ 'ਤੇ ਮੇਰਾ ਦੁਬਾਰਾ ਰੋਡ ਐਕਸੀਡੈਂਟ ਹੋ ਗਿਆ ਮੈਂ ਛੁੱਟੀ 'ਤੇ ਸੀ ਉੱਥੋਂ ਉਹਦੇ 'ਚ ਮੈਨੂੰ ਬਹੁਤ ਗੰਭੀਰ ਸੱਟਾਂ ਸੁੱਟਾਂ ਲੱਗੀਆਂ ਉਸ ਦੌਰਾਨ ਦੁਬਾਰਾ ਫਿਰ ਹੈਪੀ ਡੂਡੇ ਦੇ ਰੇਂਜ 'ਚ ਆ ਗਿਆ ਅਤੇ ਫਿਰ ਇਹ ਕ੍ਰਾਈਮ 'ਚ ਫਸ ਗਿਆ ਭਗੌੜਾ ਹੋ ਗਿਆ ਕਿਸੇ ਕੇਸ 'ਚ ਫਿਰ ਫੜਿਆ ਗਿਆ ਫਿਰ ਫੜਿਆ ਘਰ ਹੀ ਆਉਣਾ ਸੀ ਬੱਚਿਆਂ ਦੇ ਘਰ ਛੱਡ ਕੇ ਮੈਂ ਨਾਲ ਹੀ ਰੱਖਦਾ ਗੱਡੀ 'ਤੇ ਮੈਂ ਤਾਂ ਨੌਕਰੀ 'ਚ ਵੀ ਡਰਦਾ ਨਾਲ ਰੱਖਦਾ ਸਾਂ ਮੈਂ ਤਾਂ ਜਿੱਦਣ ਨਿਬੜ ਜਾਂਦਾ ਕੇਸ ਮੈਂ ਇਹਨੂੰ ਬਾਹਰ ਭੇਜ ਦੇਣਾ ਸੀ ਅਤੇ ਮੈਂ ਇਹਦਾ ਫਸਾ ਹੀ ਨਹੀਂ ਸੀ ਖਾਂਦਾ ਜੋ ਐਕਸੀਡੈਂਟ ਹੋ ਗਿਆ ਤਾਂ ਫਿਰ ਇਹ ਕੇਸ 'ਚੋਂ ਗੈਰਾਜ ਹੋ ਗਿਆ ਫਿਰ ਇਹਨੇ ਕੋਈ ਕ੍ਰਾਈਮ ਵੀ ਕੀਤੇ ਇਹਨਾਂ ਦੋ ਤਿੰਨਾਂ ਜਣਿਆਂ ਨੇ ਉਹ ਮੁੰਡੇ ਕਾਲਜ ਕੁਲਜ ਦੇ ਸੀਗੇ ਇਹਦੇ ਦੋਸਤ ਹੀ ਸੀਗੇ ਸ਼ੇਰਾ ਕੁੱਬੜੇ ਨਾਲ ਬੈਂਕਰ ਓਵਰਡਰਾਫਟ ਵੀ ਕੀਤੀਆਂ ਫਿਰ ਉੱਥੇ ਦੋ ਤਿੰਨ ਇੱਕੋ ਦੇਣੀ ਅੱਗੇ ਅੱਗੇ ਕਰਕੇ ਚੰਡੀਗੜ੍ਹ ਮੋਹਾਲੀ ਬਾਅਦ 'ਚ ਆ ਅਤੇ ਮੈਂ ਉਦੋਂ ਮੰਜੇ 'ਤੇ ਹੀ ਸਾਂ ਅਤੇ ਮੈਨੂੰ ਫਿਰ ਕੋਈ ਕਲਿਊ ਲੱਗਾ ਅਤੇ ਮੈਂ ਇਹਨੂੰ ਫੜਾ ਦਿੱਤਾ ਹਾਂ ਅਤੇ ਮੈਨੂੰ ਕੋਈ ਲੱਗੀ ਕਿਸੇ ਬੰਨੀ ਅਤੇ ਮੈਂ ਚੰਡੀਗੜ੍ਹ ਪੁਲਿਸ ਨੂੰ ਕਿਹਾ ਵੀ ਇਹ ਚੀਜ਼ 'ਤੇ ਉਹਨੂੰ ਨਹੀਂ ਇੱਥੇ ਕਹਿਣੀ ਚਾਹੀਦੀ ਅਤੇ ਮੈਨੂੰ ਸੀ ਵੀ ਇਹ ਚਲੋ ਜੋ ਵੀ ਇਹ ਪੁੱਟਦੇ ਤਾਂ ਘਰੇ ਵੀ ਭਗੌੜਾ ਜਿਵੇਂ ਜੋ ਬਦਨਾਮੀ ਵੀ ਬੀਜਤੀ ਵੀ ਹਰ ਇੱਕ ਚੀਜ਼ ਵੀ ਉਦੋਂ ਬਾਅਦ ਇਹ ਜੇਲ੍ਹ 'ਚ ਜਾ ਕੇ ਫਿਰ ਦੋ ਤਿੰਨ ਸਾਲ ਰਿਹਾ ਜੇ ਦੂਜੀਆਂ ਜਾਂ ਫਿਰ ਮੈਂ ਇਹਦੀ ਮੁਲਾਕਾਤ ਨਹੀਂ ਕੀਤੀ ਨਾ ਮੈਂ ਵਕੀਲ ਕੀਤਾ ਨਾ ਕੁਛ ਨਾ ਘਰ ਵਾਲੀ ਨੂੰ ਵੀ ਮਨਾ ਕੀਤਾ ਅਤੇ ਮੈਂ ਵੀ ਹੁਣ ਉਹ ਤਾਂ ਕੀਤਾ ਹੀ ਬੇਦਖਲੀ ਪਰ ਜੇਲ੍ਹ 'ਚ ਵੀ ਇਹ ਦੋ ਤਿੰਨ ਸਾਲ ਰਿਹਾ ਫਿਰ ਦੁਬਾਰਾ ਅਤੇ ਉਹ ਕੇਸ ਕੂਸ ਕੁਛ ਬਰੀ ਹੋ ਗਏ ਲਾ ਲਓ ਜਾਂ ਕਿਵੇਂ ਬੇਲਾਂ ਬੂਲਾਂ ਮੈਂ ਤਾਂ ਕੋਈ ਬੇਲ ਵੀ ਨਹੀਂ ਦੀ ਉਦੋਂ ਦਿੱਤੀ ਜਿਹੜੇ ਇੱਕ ਦੋ ਭੈਣਕ ਸੀਗੇ ਇਹਨੂੰ ਫਿਰ ਜਦੋਂ ਜੇਲ੍ਹ 'ਚੋਂ ਪੇਸ਼ੀਆਂ 'ਤੇ ਮੁਲਾਜ਼ਮ ਲਿਖ ਕੇ ਜਾਂਦੇ ਉਹ ਇਹਨੂੰ ਦੱਸਦੇ ਵੀ ਤੇਰਾ ਪਿਓ ਕਿਹੋ ਜਿਹਾ ਸੀ ਜਾਂ ਸਾਡੇ ਨਾਲ ਰਿਹਾ ਜਾਂ ਉਹਨਾਂ 'ਚੋਂ ਮੇਰੇ ਮਤਹਿਤ ਹੁੰਦੇ ਵੀ ਜੈਪਾਲ ਤੂੰ ਕਿਹੜੇ ਬੰਨੇ ਪੈ ਗਿਆ ਤੇਰਾ ਵਧੀਆ ਫਿਊਚਰ ਸੀਗੀ ਜੇ ਉਹ ਆ ਫਿਰ ਇਹ ਕਾਫੀ ਪਛਤਾਇਆ ਜੇਲ੍ਹ 'ਚ ਇਹਦਾ ਦੋਸਤ ਜਿਹਨੂੰ ਹੈ ਪੀ ਜੋੜਾ ਤੇ ਨਾਲ ਸੀਗਾ ਸੀਗਾ ਅਤੇ ਸ਼ੇਰਾ ਕੁੱਬਣ ਵੀ ਅਤੇ ਉੱਥੇ ਹੀ ਇਹਨਾਂ ਦਾ ਬੇਲੀ ਬਣ ਗਿਆ ਉਹ ਮੁੰਡਾ ਫਾਜ਼ਿਲਕਾ ਵਾਲਾ ਆਪਣਾ ਰੌਕੀ ਰੌਕੀ ਫਾਜ਼ਿਲਕਾ ਅਤੇ ਚੰਡੀਗੜ੍ਹ ਫੜੇ ਗਏ ਉੱਥੇ ਮਟੌੜ 'ਚ ਹੀ ਉਹ ਸੀਗਾ ਉਹਨੇ ਸਾਰੇ ਇੱਕ ਥਾਂ ਹੀ ਪਾਣਾ ਖੂਣਾ ਦੇ ਕਲੋਜ਼ ਬਣਾ ਲਏ ਉਦੋਂ ਬਾਅਦ ਰੌਕੀ ਫਿਰੋਜ਼ਪੁਰ ਜੇਲ੍ਹ 'ਚ ਆ ਗਿਆ ਜਦੋਂ ਰੌਕੀ ਜੇਲ੍ਹ 'ਚੋਂ ਰਿਹਾ ਹੋਇਆ ਇਹਨਾਂ ਨੇ ਜੈਪਾਲ ਨੇ ਸ਼ੇਰੀ ਨੇ ਇਹ ਕਿਉਂਕਿ ਯੂਨੀਵਰਸਿਟੀ ਇੱਧਰ ਉੱਧਰ ਕਾਲਜਾਂ ਕੁਲਜਾਂ ਦੇ ਮੁੰਡੇ ਇਹਨਾਂ ਦੇ ਦੋਸਤ ਸੀ ਅਤੇ ਇਹਨਾਂ ਵੀ ਕਾਫੀ ਮੁੰਡਿਆਂ ਮੁੰਡਿਆਂ ਨੂੰ ਕਿਹਾ ਕੁਛ ਉਹਨੇ ਆਪ ਵੀ ਹਾਇਰ ਕੀਤਾ ਕਰਕੇ 200-300 ਗੱਡੀਆਂ ਦਾ ਉੱਥੋਂ ਜਲੂਸ ਨਿਕਲਿਆ ਉਹਨੇ ਐੱਮ ਐੱਲ ਏ ਦੀ ਇਲੈਕਸ਼ਨ ਵੀ ਲੜੀ ਪਰ ਉਸ ਤਰ੍ਹਾਂ ਕੀ ਹੋਇਆ ਵੀ ਸ਼ੇਰਾ ਕੁੱਬਣ ਜਿਹੜਾ ਉਹ ਇਹਦਾ ਬਚਪਨ ਦਾ ਦੋਸਤ ਸੀ ਇੱਥੇ ਉਹਦੇ ਫਾਦਰ ਵੀ ਸਰਵਿਸ ਕਰਦੇ ਸੀ ਇੱਥੇ ਮਿਲਕ ਵੇਰਕਾ ਮਿਲਕ ਪਲਾਂਟ 'ਚ ਉਹ ਪਿਛਲੀ ਗਲੀ 'ਚ ਮੈਂ ਕਰਤਰੀ ਕਿਰਾਏ 'ਤੇ ਰਹਿੰਦੇ ਸੀ ਅਤੇ ਉਹ ਤੜਕੇ ਇਹ ਸ਼ੁਰੂ ਤੋਂ ਹੀ ਮਤਲਬ ਇਹ ਪਹਿਲਾਂ ਹਾਕੀ ਖੇਡਦਾ ਹੁੰਦਾ ਸੀ ਬਹੁਤ ਚੰਗੀ ਅਤੇ ਦੌੜਨ ਜਾਂਦਾ ਹੁੰਦਾ ਸੀ ਸਵੇਰੇ ਅਤੇ ਉਹ ਉਹਨੇ ਆਉਣਾ ਉਹ ਵੀ ਪਲੇਅਰ ਸੀ ਸ਼ੇਰਾ ਕੁੱਬਣ ਵੀ ਮੈਂਬਰ ਦਾ ਅਤੇ ਇਹਦਾ ਵੀ ਬਾਅਦ 'ਚੋਂ ਉਹ ਵੀ ਛੋਟਾ ਜਿਹਾ ਬੜੀ ਵਰਜਿਸ਼ ਕਰਦਾ ਅਤੇ ਉਦੋਂ ਮੰਨ ਲਓ ਵੀ ਇਹ 10-12 ਸਾਲ ਦੇ ਸੀਗੇ
ਜਦੋਂ ਇਕੱਠੇ 12 ਸਾਲ ਦੇ ਉਹਨੇ ਜੂੜੀ ਚਿੱਟੀ ਜਿਹੀ ਕੀਤੀ ਹੋਣੀ, ਉਹਨੇ ਚਿੱਟਾ ਜਿਹਾ ਕੋਈ ਕੁੱਤਾ ਹੁੰਦਾ ਸੀ, ਉਹਨੇ ਬੈਲ ਮਾਰਨੀ ਅਤੇ ਮੈਂ ਖੋਲ੍ਹਣਾ ਅਤੇ ਇਹ ਥੋੜ੍ਹਾ ਜਿਹਾ ਉੱਠਣ ਉੱਠਣ ਲੱਗਿਆ ਨੂੰ ਤਿਆਰ ਹੋਣ 'ਚ 5-10 ਮਿੰਟ ਲੱਗਦੇ ਸੀ ਸਟਾਰਟ 'ਚ ਉਹ ਥੋੜ੍ਹਾ, ਅਤੇ ਜੈਪਲ ਮੈਂ ਆ ਜਾਂਦਾ ਉਹ ਫਿਰ ਉਹਨੇ ਕੁੱਤੀ ਉਹ ਬੱਚੇ ਇੱਥੇ ਬਣ ਜਾਣੀ ਇੱਥੇ ਹੀ ਕਿਤੇ, ਅਤੇ ਇਹਨਾਂ ਇੱਥੋਂ ਦੌੜਨ ਚਲੇ ਜਾਣਾ, ਨੇੜੇ ਦੀ ਗਰਾਊਂਡ ਸੀ ਉੱਥੇ ਕਰ ਕਰਕੇ ਆ ਜਾਣਾ। ਉਹ ਇਹਦਾ ਬਚਪਨ ਦਾ ਦੋਸਤ ਸੀ ਸ਼ੇਰਾ ਘੁੰਮਣ। ਬਾਅਦ 'ਚ ਇਹ ਜੇਲ੍ਹ 'ਚ ਹੀ ਸੀਗੀ ਅਤੇ ਜਦੋਂ ਕਿਤੇ ਇਹਨਾਂ ਦਾ ਕਿਸੇ ਗੱਲੋਂ ਇੱਕ ਤਾਂ ਸ਼ੇਰੇ ਖੁੱਬਣ ਕੋਲ ਇਲੈਕਸ਼ਨ ਦੇ ਵਿੱਚ ਬੰਦਾ ਮਰ ਗਿਆ ਅਤੇ ਸ਼ੇਰੇ ਖੁੱਬਣ 'ਤੇ ਪਰਚਾ ਹੋ ਗਿਆ, MLA ਦੀ ਇਲੈਕਸ਼ਨ ਸੀ, ਉਹ ਕਾਂਗਰਸ ਦੀ ਸਪੋਰਟ ਕਰਦਾ ਸੀ, ਇੱਥੇ ਹੈਗਾ ਗੈਰੀ ਗੈਰੀ ਉਹਦੀ ਘਰਵਾਲੀ ਖੜ੍ਹੀ ਸੀ ਸਤਿਕਾਰ ਕੌਰ ਗੈਰੀ, ਅਤੇ ਉਹ ਉਹਦੇ ਬਿਲਕੁਲ ਨਾਲ ਸੀ ਉੱਥੇ ਕਿਤੇ ਵੱਟੇ ਵੁੱਟੇ ਮਾਰੇ, ਜੋ ਦੱਸਣ ਵਾਲੇ ਆ ਵੀ ਪਿਆਰਿਆਂ ਨੇ ਸ਼ੇਰੇ ਖੁੱਬਣ ਦੇ ਨਾਲ ਆਏ ਮੁੰਡੇ ਨੂੰ ਜਿਹੜਾ ਸ਼ਾਇਦ ਚੰਡੀਗੜ੍ਹ ਦਾ ਕਿ ਯੂਨੀਵਰਸਿਟੀ ਪੜ੍ਹਦਾ ਸੀ, ਉਹਦੇ ਇੱਟਾ ਉੱਟਾ ਵੱਜ ਗਿਆ ਉੱਥੇ, ਫੈਰ ਫੂਰ ਉੱਥੇ ਇੱਕ ਮੁੰਡਾ ਮਰ ਗਿਆ ਉੱਚ ਸ਼ੇਰੇ ਖੁੱਬਣ ਦੇ ਬਾਈ ਨੇ ਪਰਚਾ ਹੋ ਗਿਆ, ਪਰਚਾ ਹੋ ਗਿਆ ਅਤੇ ਸ਼ੇਰਾ ਖੁੱਬਣ ਭਗੌੜਾ ਹੋ ਗਿਆ ਪੁਲ 'ਚੋਂ, ਸਰਕਾਰ ਫਿਰ ਅਕਾਲੀ ਦਲ ਦੀ ਬਣ ਗਈ 12 'ਚ, ਜੇ ਤਾਂ ਕਾਂਗਰਸ ਦੀ ਬਣਦੀ ਤਾਂ ਚਲੋ ਗੱਲ ਹੋਰ ਸੀ, ਹਾਂ ਫਿਰ ਬਣ ਗਈ ਅਕਾਲੀ ਦਲ ਦੀ, ਉਹ 'ਤੇ ਤਾਂ ਹੋਰ ਵੀ ਉਹਨਾਂ ਪੁਆ ਪੂ ਦਿੱਤੇ। ਈਵਨ ਦੈਟ ਵੀ ਇੱਥੇ ਜਿਹੜਾ ਦੂਜੇ ਬੰਨੇ ਉਹ ਜਿੱਤਿਆ ਸੀ ਆਪਣਾ ਅਕਾਲੀ ਦਲ ਦਾ, ਹਾਲਾਂ ਉਹ ਤਾਂ ਚਲੋ ਪੁਰਾਣਾ ਵਾਕ ਸੀ ਬੰਦਾ ਨਹੀਂ ਸੀ, ਕੋਈ ਇਹੋ ਜਿਹੀ ਗੱਲ ਨਹੀਂ ਸੀ, ਅੱਜ ਵੀ ਠੀਕ ਹੈ ਉਹਨਾਂ ਨਾਲ, ਕਦੀ ਕੋਈ ਮੇਰੇ ਵੀ ਪੁਰਾਣੇ ਵਾਕ ਨਹੀਂ ਕੋਈ ਗੱਲ ਨਹੀਂ ਸੀ, ਪਰ ਫਿਰ ਵੀ ਉਹਦਾ ਇੱਕ ਸਪੋਰਟਰ ਸੀ ਮੁੰਡਾ ਉੱਠਿਆ ਸੇਖੋਂ, ਕਰਮਿੱਤੀ ਸੇਖੋਂ, ਕਰਮਿੱਤੀ ਪਿੰਡ ਦਾ ਸੀ ਨਾਮ ਪਤਾ ਨਹੀਂ ਕੀ ਸੀ, ਅਤੇ ਇਹਨੇ ਉਸ ਦੌਰਾਨ ਜਿਹੜਾ ਹੈਪੀ ਜੋੜਾ ਸੀ, ਇਹ ਹੈਪੀ ਜੋੜੇ ਨੂੰ ਵੇਖੋ ਕਿੱਥੋਂ ਆਉਂਦੀ ਹੈ, ਇਹਨੂੰ ਪੁਲਿਸ ਨੇ ਹਥਿਆਰ ਦੇ ਤੇ, ਕਿਉਂ ਇਹ ਇੱਥੋਂ ਦੇ MLA ਕੋਲ ਜਾਣ ਲੱਗ ਗਿਆ ਦੂਜੇ ਬੰਨੇ, ਹਾਂ ਸਟਾਰਟਿੰਗ ਹੈਪੀ ਜੋੜੇ ਤੋਂ ਹੀ ਆ ਗਈ, ਅਤੇ ਇੱਥੇ ਰੱਖੋ ਅਤੇ ਇੱਥੋਂ ਉਹਨੂੰ ਨਜਾਇਜ਼ ਅਸਲਾ ਪਿਸਟਲ ਵਗੈਰਾ ਮਿਲ ਗਏ, ਅਤੇ ਉਹ ਮਲੋਟ ਵਾਲਾ ਉਹਦਾ ਪਿੰਡ ਸੀਗਾ ਸ਼ੇਰੇ ਖੁੱਬਣ ਦਾ, ਇਹ ਮਲੋਟ ਜਾ ਕੇ ਅਤੇ ਉੱਥੇ ਕਹੇ ਵੀ ਕਿੱਥੇ ਆ ਛੇਰੀ ਛੁਰੀ, ਮੈਂ ਇਹਨੂੰ ਲੱਭਦਾ ਫਿਰਦਾ ਉਹ ਜੀ, ਅਤੇ ਉਹਨੇ ਜੋ ਬਾਅਦ 'ਚ ਗੱਲਾਂ ਸਾਹਮਣੇ ਆਈਆਂ ਉਹਨੂੰ ਜਦੋਂ, ਕਿਉਂ ਮੈਂ ਇੱਕ ਪੁਲਿਸ ਅਫਸਰ ਵੀ ਸਾਂ, ਮੈਂ ਫਿਰ ਜੋ ਵੀ ਕੋਈ ਹੋਈ ਉਹਦੀ ਬਾਅਦ 'ਚ ਜਦੋਂ ਛਾਣਬੀਣ ਕੀਤੀ ਵੀ ਕਿਵੇਂ ਕੀ ਹੋਇਆ ਜੰਗਲ ਤੁਮਿੰਦ ਜੀ ਦੀ, ਉਹਨੂੰ ਜਦੋਂ ਪਤਾ ਲੱਗਾ ਵੀ ਇਹ ਮੇਰੇ ਇੱਥੇ ਪਿੰਡ ਜਾਂ ਇਲਾਕੇ ਜਾਣ ਕੇ ਇਸ ਤਰ੍ਹਾਂ ਕਰਦਾ, ਉਹਨੇ ਇੱਥੇ ਹੀ ਕਿਤੇ ਆਣ ਕੇ ਇੱਥੇ ਜੱਟਾਂ ਦੀ ਕੁੜੀ ਵੀ ਇਹਨੇ ਪਿਓ ਦਾ ਯਾਰ ਜੋੜੀ ਸੀ ਉਹਨੂੰ ਘੱਟ ਕੁੱਟ ਕੇ ਵਿਆਹ ਕਰਾਇਆ ਸੀ ਹੈਪੀ ਨੇ ਨਵਾਂ ਨਵਾਂ, ਹੈਪੀ ਜੋੜੇ ਦਾ ਮਰਡਰ ਹੋ ਗਿਆ।